परम सत्कार योग साथ संगत जी यो श्री गुरु ग्रंथ साहिब जी महाराज जिन्हां दी पावन हजूरी विच बैठ के आप जी इन्हां दरगाही घड़ियां दा आनंद लै रहे हो सतगुरां दी बख्शी फतेह प्रवान करो नाल अपनी असीस बख्शो तां जो कीर्तन द्वारा आप संगतां दी सेवा कर सकीए आओ सारे प्यार नाल फतेह बुलाओ वाहिगुरु जी का खालसा वाहिगुरु जी की फतेह जो आप जी इस वेले इत्थे जुड़े बैठे हो की पता अज गुरु कितना क मेहरबान है कितना क मेरा दमी वरसा रहे है इन्नी दुनिया वसदी है पर इत्थे ओहो ही बैठे ने जिन्हां ते गुरु नानक साहब दी मेहर दी नजर है गुरुआं दे गुरपुरब मनाउणे शहीदां दे शहीदी दिहाड़े मनाउणे इह भागां वालिआं नूं नसीब हुंदे है ਇਹ ਕੋਈ ਪਿਛਲੇ ਜਨਮ ਦੇ ਚੰਗੇ ਕਰਮ ਹੁੰਦੇ ਨੇ ਜੋ ਉਹ ਨੇਕ ਕਰਮ ਸਾਨੂੰ ਗੁਰੂ ਕੋਲ ਲੈ ਕੇ ਆਉਂਦੇ ਨੇ ਅਨਾਉਂਸਮੈਂਟਾਂ ਤੇ ਕਈਆਂ ਨੇ ਸੁਣੀਆਂ ਇਸ਼ਤਿਹਾਰ ਵੀ ਕਈਆਂ ਨੇ ਪੜ੍ਹੇ ਪਰ ਇੱਥੇ ਕੌਣ ਆਏ ਇੱਥੇ ਉਹ ਆਏ ਨੇ ਜਿਹੜੇ ਗੁਰੂ ਨਾਨਕ ਸਾਹਿਬ ਨੂੰ ਚੰਗੇ ਲੱਗੇ ਨੇ ਇਹ ਗੁਰੂ ਦੀ ਕਿਰਪਾ ਸਤ ਸੰਗਤ ਜਿਸ ਵੇਲੇ ਆਪਾਂ ਗੁਰੂ ਦੇ ਕੋਲ ਆਉਂਦੇ ਹਾਂ ਤੇ ਗੁਰੂ ਦੇ ਕੋਲ ਵੀ ਉਦੋਂ ਆਉਂਦੇ ਹਾਂ ਜਦੋਂ ਗੁਰੂ ਆਪ ਕਿਰਪਾ ਕਰਦਾ ਹੈ ਉਹਦੀ ਕਿਰਪਾ ਤੋਂ ਬਗੈਰ ਅਸੀਂ ਉਹਦੇ ਕੋਲ ਆ ਵੀ ਨਹੀਂ ਸਕਦੇ ਬੜੇ ਵੱਡਿਆਂ ਭਾਗਾਂ ਵਾਲੇ ਹੋ ਜੋ ਦੂਰੋਂ ਨੇੜਿਓਂ ਚੱਲ ਕੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਉਹਨਾਂ ਦਾ ਪਾਵਨ ਸ਼ਹੀਦੀ ਦਿਹਾੜਾ ਤੁਸੀਂ ਬੜੇ ਪ੍ਰੇਮ ਦੇ ਨਾਲ ਮਨਾ ਰਹੇ ਹੋ ਤੋ ਆਓ ਪਿਆਰਿਓ ਸਾਰੇ ਮਿਲ ਕੇ ਕੀਰਤਨ ਕਰੀਏ ਕੋਈ ਵੀ ਰਸਨਾ ਵਾਂਝੀ ਨਾ ਰਹਿ ਜਾਏ Thank you.
ਦਿਆਲ ਨਾ ਹੁੰਦਾ ਤੇ ਤੁਸੀਂ ਇਉਂ ਚੌਂਕੜੇ ਮਾਰ ਕੇ ਨਾ ਬੈਠੇ ਹੁੰਦੇ।
ਕਿਸੇ ਨੂੰ ਕੁਝ ਚਾਹੀਦਾ ਕਿਸੇ ਨੂੰ ਕੁਝ ਚਾਹੀਦਾ ਜੋ ਚਾਹੀਦਾ ਮੰਗੋ ਸਤਿਗੁਰ ਕੋਲੋਂ ਪਰ ਬਾਣੀ ਦੀ ਪੰਗਤੀ ਪੜਦਿਆਂ ਹੋਇਆਂ ਕਿਉਂਕਿ ਮੰਗਣ ਦਾ ਵੇਲਾ ਉਹੋ ਹੀ ਹੁੰਦਾ ਜਦੋਂ ਮਨ ਜੁੜਿਆ ਹੋਵੇ ਇਹ ਵੱਖਰੀ ਗੱਲ ਹੈ ਕਿ ਕੋਈ ਦਾਤੇ ਨੂੰ ਮੰਗ ਲਵੇ ਭਾਵੇਂ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਮੰਗ ਲਵੇ ਇਸ ਕਰਕੇ ਆਓ ਪਿਆਰਿਓ ਇੱਕ ਵਾਰੀ ਦਾਸ ਬੋਲਣਗੇ ਇੱਕ ਵਾਰੀ ਸਾਰੇ ਸੰਗਤ ਉੱਚੀ ਆਵਾਜ਼ ਵਿੱਚ ਲਗਵਾਓ ਹਾਜ਼ਰੀ ਕੋਈ ਵੀ ਰਸਨਾ ਵਾਂਝੀ ਨਾ ਰਹਿ ਜਾਏ Thank you.
ਹੈ।